तस्वीर तुम दिखा रहे हैं, ये जिहड़ा जहाज है एक तनिश नाम के जिहड़े नौजवान स्टूडेंट है उन्होंने तैयार किया। जिहड़ा वेस्ट मटीरियल दे नाल तैयार किया गया ये थर्माकोल है। थर्माकोल दे विच जिहड़ी मोटर वगैरह लगा के ये जिहड़ा जहाज है ये तैयार किया गया। काफी सारे मेरे फेलियर मैं अपनी मेहनत ਕਰਦਾ ਰਿਹਾ ਤੇ ਛੱਡਿਆ ਨਹੀਂ ਹੌਸਲਾ ਆਪਣਾ। ਕਾਫੀ ਲੰਬੀ ਮਿਹਨਤ। ਹਾਂਜੀ ਹਾਂਜੀ। ਉਦੋਂ ਬਾਅਦ ਨਾ ਮੇਰਾ ਉੱਡਿਆ ਜਹਾਜ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਮੇਰੇ ਜਹਾਜ ਉੱਡਦੇ ਆ ਤੇ ਮੈਂ ਹੁਣ ਤੱਕ 25 ਪਲੇਨਸ ਬਣਾ ਚੁੱਕਿਆ। ਤੇ ਮੈਂ ਜੀ ਬਾਅਦ ਚ ਮਾਸਟਰਸ ਕਰਾਂਗਾ ਤੇ ਮੈਂ ਖੁਦ ਹੀ ਕੰਪਨੀ ਹੋਇਆ ਤਾਂ ਮੈਂ ਖੁਦ ਦਾ ਜਹਾਜ ਬਣਾਵਾਂਗਾ ਫਿਰ ਉੱਡਣ ਵਾਲਾ ਜਿਹੜਾ ਬੈਠ ਕੇ ਉਡਾਉਂਦੇ। ਸ਼ੌਂਕ ਹੈ, ਸ਼ੌਂਕ ਤਾਂ ਕੋਈ ਮੁੱਲ ਨਹੀਂ ਹੁੰਦਾ। ਸੋ ਤਸਵੀਰ ਤੁਹਾਨੂੰ ਦਿਖਾ ਰਿਹਾ ਇਹ ਜਿਹੜਾ ਜਹਾਜ਼ ਹੈ ਇੱਕ ਤਨਿਸ਼ ਨਾਂ ਦੇ ਜਿਹੜੇ ਨੌਜਵਾਨ ਸਟੂਡੈਂਟ ਹੈ ਉਹਨਾਂ ਨੇ ਤਿਆਰ ਕੀਤਾ। ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਜਹਾਜ਼ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਇਹ ਵੇਸਟ ਜਿਹੜਾ ਵੇਸਟ ਮਟੀਰੀਅਲ ਦੇ ਨਾਲ ਤਿਆਰ ਕੀਤਾ ਗਿਆ ਇਹ ਥਰਮਾਕੋਲ ਹੈ। ਥਰਮਾਕੋਲ ਦੇ ਵਿੱਚ ਜਿਹੜੀ ਮੋਟਰ ਵਗੈਰਾ ਲਗਾ ਕੇ ਇਹ ਜਿਹੜਾ ਜਹਾਜ਼ ਹੈ ਇਹ ਤਿਆਰ ਕੀਤਾ ਗਿਆ। ਤੁਸੀਂ ਹੱਥ ਦੇ ਵਿੱਚ ਹੁਣ ਦੇਖ ਸਕਦੇ ਹੋ ਰਿਮੋਟ ਹੈ, ਇਹ ਰਿਮੋਟ ਕੰਟਰੋਲ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ। ਸੋ ਤਨੀਸ਼ ਦੇ ਨਾਲ ਗੱਲਬਾਤ ਵੀ ਕਰਾਂਗੇ। ਜਿਹੜਾ ਜਹਾਜ਼ ਹੈ ਇਹ ਲੈਂਡ ਹੋ ਚੁੱਕਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਨਾਮ ਕੀ ਤੁਹਾਡਾ, ਕੀ ਕਹਿਣਾ ਚਾਹੋਗੇ, ਕਿੰਨੀ ਸਾਲ ਦੀ ਉਮਰ 'ਚ ਤਿਆਰ ਕੀਤਾ ਸੀਗਾ ਜਿਹੜਾ ਜਹਾਜ਼ ਤੁਸੀਂ ਤਿਆਰ ਕੀਤਾ? ਮੇਰਾ ਨਾਮ ਤਨਿਸ਼ਪ੍ਰੀਤ ਸਿੰਘ ਹੈ ਅਤੇ ਮੈਂ ਪਹਿਲਾ ਜਹਾਜ਼ ਆਪਣਾ ਜਿੱਦਾਂ ਤੁਸੀਂ ਜਾਣਦੇ ਹੋ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਸਭ ਤੋਂ ਪਹਿਲਾਂ ਮੈਂ ਜਹਾਜ਼ ਬਣਾਇਆ ਸੀ, ਮੇਰਾ ਸ਼ੌਕ ਸੀਗਾ ਸਟਾਰਟਿੰਗ ਤੋਂ, ਜਿੱਦਾਂ ਅਸੀਂ ਮੋਟਰ ਚਲਾਉਂਦੇ ਪੱਖਾ ਚਲਾਉਂਦੇ ਉਹ ਜਿਹਾ ਸ਼ੌਕ ਸੀਗਾ। ਅਤੇ ਮੈਂ 6ਵੀਂ 'ਚ ਮੈਨੂੰ ਹੋਇਆ ਕਿ ਮੈਂ ਇੱਕ ਖੁਦ ਦਾ ਉੱਡਣ ਵਾਲਾ ਜਹਾਜ਼ ਬਣਾਵਾਂ ਅਤੇ ਮੈਂ ਪਹਿਲਾਂ ਗੱਤੇ ਦਾ ਜਹਾਜ਼ ਬਣਾਇਆ ਅਤੇ ਉਹਨੂੰ ਉਡਾਇਆ, ਉਹ ਨਹੀਂ ਉੱਡਿਆ, ਕਰੈਸ਼ ਹੋ ਗਿਆ ਸੀ, ਕਾਫੀ ਟੈਕਨੀਕਲ ਇਸ਼ੂ ਸੀਗੇ ਉਹਦੇ 'ਚ। ਅਤੇ ਮੈਂ ਹੋਰ ਵਾਰੀ ਕਿੱਦਾਂ ਜਹਾਜ਼ ਉੱਡਦੇ ਪ੍ਰਿੰਸੀਪਲ ਸਮਝੇ ਔਨਲਾਈਨ, ਕਿੱਦਾਂ ਜਹਾਜ਼ ਉੱਡਦੇ ਹੈ, ਹੋਰ ਕਾਫੀ ਸਾਰੇ ਜਹਾਜ਼ ਬਣਾਏ, ਉਹ ਨਹੀਂ ਉੱਡੇ, ਕਰੈਸ਼ ਹੋ ਗਏ। ਮੈਂ ਮਿਹਨਤ ਕਰਦਾ ਗਿਆ, ਮੈਂ ਰੁਕਿਆ ਨਹੀਂ। ਫਿਰ ਬਾਅਦ 'ਚ ਮੈਂ 9ਵੀਂ 'ਚ ਆ ਕੇ ਆਪਣਾ ਪਹਿਲਾ ਹੋਰ ਜਹਾਜ਼ ਬਣਾਇਆ ਅਤੇ ਉਹਨੂੰ ਉਡਾਇਆ, ਉਹ ਥੋੜ੍ਹਾ ਜਿਹਾ ਅੱਗੇ ਜਾ ਕੇ ਕਰੈਸ਼ ਹੋ ਗਿਆ। ਮੈਂ ਇੱਕ ਨਵਾਂ ਹੋਰ ਬਣਾਇਆ, ਮੈਂ ਕਾਫੀ ਸਾਰੇ ਮੇਰੇ ਫੇਲੀਅਰ ਸੀਗੇ, ਮੈਂ ਆਪਣੀ ਮਿਹਨਤ ਨੂੰ ਕਰਦਾ ਰਿਹਾ ਅਤੇ ਛੱਡਿਆ ਨਹੀਂ ਹੌਸਲਾ ਆਪਣਾ। ਕਾਫੀ ਲੰਬੀ ਮਿਹਨਤ। ਹਾਂਜੀ ਹਾਂਜੀ। ਉਦੋਂ ਬਾਅਦ ਨਾ ਮੇਰਾ ਉੱਡਿਆ ਜਹਾਜ਼ ਅਤੇ ਅੱਜ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਮੇਰੇ ਜਹਾਜ਼ ਉੱਡਦੇ ਆ ਅਤੇ ਮੈਂ ਹੁਣ ਤੱਕ 25 ਪਲੇਨਸ ਬਣਾ ਚੁੱਕਿਆ ਹਾਂ। ਅਤੇ ਅੱਜ ਤੁਹਾਡਾ ਜਿਹੜਾ ਜਹਾਜ਼ ਹੈ ਫਿਰ ਹਵਾ ਨਾਲ ਗੱਲਾਂ ਕਰਦਾ? ਹਾਂਜੀ ਹਾਂਜੀ। ਅਤੇ ਇਹ ਸ਼ੌਂਕ ਕਿਵੇਂ ਪੈਦਾ ਹੋਇਆ ਸੀ, ਜੇ ਆਪਾਂ ਗੱਲ ਕਰੀਏ ਜਦੋਂ 6ਵੀਂ ਕਲਾਸ ਦੇ ਵਿੱਚ ਬੱਚਾ ਪੜ੍ਹਦਾ ਉਹ ਮਤਲਬ ਸਟੱਡੀ ਵੱਲ ਧਿਆਨ ਹੁੰਦਾ, ਮਤਲਬ ਬੰਦਾ ਤਾਂ ਇੰਨੀ ਲੰਬੀ ਸੋਚ ਲੈ ਕੇ ਨਹੀਂ ਜਾਂਦਾ, ਅਤੇ ਤੁਸੀਂ ਕਿਵੇਂ ਸੋਚਿਆ ਕਿ ਹਾਂ ਵੀ ਜਿਹੜਾ ਵੇਸਟ ਮਟੀਰੀਅਲ ਹੈ ਉਹਦੇ ਨਾਲ ਜਿਹੜਾ ਤੁਸੀਂ ਇੱਕ ਜਹਾਜ਼ ਤਿਆਰ ਕਰਤਾ, ਅਤੇ ਕੀ ਕਹਿਣਾ ਚਾਹੋਗੇ? ਜਿੱਦਾਂ ਤੁਸੀਂ ਜਾਣਦੇ ਹੋ ਸ਼ੌਂਕ ਸੀਗਾ ਆਪਣਾ ਜਹਾਜ਼ ਬਣਾਉਣ ਦਾ, ਤਾਂ ਮੈਂ ਸਭ ਤੋਂ ਪਹਿਲਾਂ ਯੂਜ਼ ਕੀਤਾ ਗੱਤੇ ਦਾ। ਉਹ ਗੱਤਾ ਥੋੜ੍ਹਾ ਜਿਹਾ ਭਾਰਾ ਸੀਗਾ, ਕਾਫੀ ਟੈਕਨੀਕਲ ਇਸ਼ੂ ਸੀਗੇ, ਹੋਰ ਮੈਂ ਬਾਅਦ 'ਚ ਹੋਰ ਮਿਹਨਤ ਕੀਤੀ ਅਤੇ ਉਹਨੂੰ ਉਡਾਇਆ। ਅਤੇ ਹੁਣ ਮੈਂ ਦੋ ਮਟੀਰੀਅਲ ਨਾਲ ਬਣਾਉਂਦਾ, ਅਤੇ ਇੱਕ ਤਾਂ ਗੱਤੇ ਹੋ ਗਿਆ ਅਤੇ ਥਰਮਾਕੋਲ, ਜੋ ਥਰਮਾਕੋਲ ਹੈਗੀ ਉਹ ਮੈਂ ਰੀਸਾਈਕਲ ਤੋਂ ਲੈ ਕੇ ਆਉਂਦਾ। ਮੈਂ ਉੱਧਰੋਂ ਮੈਂ ਜਿਹੜੀ ਆਹ ਸਾਰਾ ਵੇਸਟ ਮਟੀਰੀਅਲ ਹੈਗਾ। ਅਤੇ ਤਾਣੀ ਜੀ ਗੱਲ ਕਰੀਏ, ਜਹਾਜ਼ ਹੀ ਤਿਆਰ ਕਰਦੇ ਹੋ ਉਹ 'ਚ ਕੀ ਲੜਾਕੂ ਜਹਾਜ਼ ਹੋ ਗਏ ਜਾਂ ਹੈਲੀਕਾਪਟਰ, ਉਹ ਵੀ ਤੁਸੀਂ ਤਿਆਰ ਕੀਤੇ ਹੁਣ ਤੱਕ? ਹਾਂਜੀ ਹਾਂਜੀ। ਕਿੰਨੇ ਤਿਆਰ ਕੀਤੇ ਜੀ ਹੁਣ ਤੱਕ? ਹੁਣ ਤੱਕ ਮੈਂ 25 ਪਲੇਨਸ ਬਣਾ ਚੁੱਕਿਆ ਜੀ, ਅਤੇ ਜਿੰਨਾ 'ਚੋਂ ਇੱਕ MiG-29 ਹੈਗਾ ਜਿਹੜਾ ਅਸਲੀ ਜਹਾਜ਼ ਹੈਗਾ, MiG-29, MiG-21, F-16, ਕਾਫੀ ਸਾਰੇ ਜਹਾਜ਼ ਹੈਗੇ ਫਾਈਟ ਲੜਾਕੂ ਵਿਮਾਨ ਜਿਹੜੇ ਮੈਂ ਬਣਾਏ। ਅਤੇ ਰੂਬਰੂ ਮਤਲਬ ਉਸੇ ਤਰੀਕੇ ਨਾਲ ਕੰਟਰੋਲ ਕਰਦੇ ਹਾਂ? ਹਾਂਜੀ ਹਾਂਜੀ। ਸੋ ਇੱਕ ਤੁਹਾਨੂੰ ਰਿਕੁਐਸਟ ਹੈਗੀ ਆ, ਜਹਾਜ਼ ਜ਼ਰੂਰ ਦਰਸ਼ਕਾਂ ਨੂੰ ਹੱਥ ਦੇ ਵਿੱਚ ਚੱਕ ਕੇ ਜਿਹੜਾ ਦਿਖਾਇਆ ਜਾਵੇ। ਤੁਸੀਂ ਜਿਹੜਾ ਹੱਥ ਦੇ ਨਾਲ ਕੰਟਰੋਲ ਕਰ ਰਹੇ ਸੀਗੇ ਇਹ ਮਤਲਬ ਕਿਵੇਂ ਮਸ਼ੀਨਰੀ ਕਿਵੇਂ ਕਿਸ ਤਰੀਕੇ ਨਾਲ ਤਿਆਰ ਹੋਈ ਅਤੇ ਕਿਵੇਂ ਉਹਨਾਂ ਨੂੰ ਕੰਟਰੋਲ ਕਰਦੇ ਹੋ ਤੁਸੀਂ? ਮੈਂ ਦੇਖ ਰਿਹਾ ਸੀ ਤੁਸੀਂ ਆ ਜਿਹੜੇ ਆ ਕੰਟਰੋਲ ਕਰ ਰਹੇ ਹੋ ਤੁਸੀਂ ਆਪਣੇ ਹੱਥ ਦੇ ਨਾਲ। ਜਿੱਦਾਂ ਤੁਸੀਂ ਜਾਣਦੇ ਹੋ ਪੰਛੀ ਜਿੱਦਾਂ ਉੱਡਦਾ, ਪੰਛੀ ਦੀ ਇੱਕ ਸ਼ੇਪ ਹੁੰਦੀ ਹੈ, ਐਰੋਡਾਇਨਾਮਿਕ ਸ਼ੇਪ, ਉਸ ਸ਼ੇਪ ਨੂੰ ਮੈਂ ਕੰਟਰੋਲ ਬਣਾਇਆ ਹੋਇਆ। ਜਿੱਦਾਂ ਤੁਸੀਂ ਆਹ ਦੇਖ ਸਕਦੇ ਹੋ, ਇੱਧਰੋਂ ਥੋੜ੍ਹਾ ਜਿਹਾ ਮੋਟਾ ਹੈਗਾ, ਪਤਲਾ ਜਾ ਰਿਹਾ ਜੀ, ਇਹਨੂੰ ਏਅਰਫੋਇਲ ਸ਼ੇਪ ਕਹਿੰਦੇ ਆ। ਅਤੇ ਹੋਰ ਵੀ ਮੈਂ ਇੱਥੇ ਮੈਂ ਇੰਜਨ ਲਾਇਆ ਹੋਇਆ, ਮੋਟਰ ਹੈਗੀ ਇੱਥੇ ਇਲੈਕਟ੍ਰਿਕ ਮੋਟਰ, ਅਤੇ ਮੈਂ ਇਹਨੂੰ ਰਿਮੋਟ ਨਾਲ ਕੰਟਰੋਲ ਕਰਦਾ ਇੱਦਾਂ। ਇਹ ਤੁਸੀਂ ਜਿਹੜਾ ਰਿਮੋਟ ਹੈ, ਰਿਮੋਟ ਤੁਸੀਂ ਦੇਖਦੇ, ਇਹ ਵੀ ਵੇਸਟ ਮਟੀਰੀਅਲ ਦੇ ਨਾਲ ਬਣਿਆ ਜੀ? ਆਹ ਨਹੀਂ, ਆਹ ਤਾਂ ਵੇਸਟ ਮਟੀਰੀਅਲ ਮੈਂ ਆਹ ਕਿਸੇ ਟੋਏ 'ਚੋਂ ਮੈਂ ਕੱਢਿਆ ਜੀ। ਹਾਂਜੀ। ਅਤੇ ਟੋਏ ਦੇ ਵਿੱਚੋਂ ਕੱਢ ਕੇ ਤੁਹਾਡਾ ਜਿਹੜਾ ਮਾਇੰਡ ਹੈ ਤੁਸੀਂ ਆਪ ਆਪਣੇ ਤਰੀਕੇ ਨਾਲ ਸਾਰਾ ਸੈਟਅਪ ਕੀਤਾ? ਹਾਂਜੀ ਹਾਂਜੀ। ਅਤੇ ਆਹ ਦਾ
ਫਲੈਪਸ ਹੈਗੇ ਜਿੱਦਾਂ ਮੂਵ ਕਰਦੇ ਹਾਂ ਇਹਨੂੰ ਐਲਰੋਨ ਬੋਲਦੇ ਹਾਂ ਜੀ। ਇੱਥੋਂ ਪਲੇਨ ਰਾਈਟ ਅਤੇ ਲੈਫਟ ਹੁੰਦਾ ਹੈ। ਆਹ ਦੇਖ ਸਕਦੇ ਤੁਸੀਂ ਦੋ ਵਿੰਗਸ ਮੂਵ ਹੋ ਰਹੇ ਆ, ਇੱਧਰੋਂ ਪਲੇਨ ਰਾਈਟ ਲੈਫਟ ਹੁੰਦਾ ਹੈ, ਅਤੇ ਜਿਹੜਾ ਆਹ ਹੁਣ ਹਿਲਦਾ ਪਿਆ ਇੱਥੋਂ ਹਾਈਟ ਕੰਟਰੋਲ ਹੁੰਦੀ ਹੈ, ਅਤੇ ਇੱਧਰੋਂ ਵੀ ਜਿਹੜਾ ਟੈਕਸੀ ਰਨਵੇ ਜਿੱਦਾਂ ਤੁਸੀਂ ਦੇਖੋ ਜ਼ਮੀਨ 'ਤੇ ਵੀ ਰਾਈਟ ਲੈਫਟ ਹੁੰਦਾ ਹੈ, ਆਹ ਉਸ ਚੀਜ਼ ਲਈ ਹੈਗਾ। ਜਦੋਂ ਬੱਚਾ ਪਲੱਸ ਵਨ ਦੇ ਵਿੱਚ ਹੁੰਦਾ, ਸਟੂਡੈਂਟ ਪਲੱਸ ਵਨ ਦੇ ਵਿੱਚ ਹੁੰਦਾ, ਅਤੇ ਉਹ ਫਿਊਚਰ ਪਲੈਨਿੰਗ ਕਰਦਾ ਹੁੰਦਾ ਕਿ ਹਾਂ ਮੈਂ ਫਿਊਚਰ ਦੇ ਵਿੱਚ ਕੀ ਕਰਨਾ ਚਾਹੁੰਦਾ ਵਾਂ। ਅਤੇ ਤੁਸੀਂ ਜਦੋਂ 6ਵੀਂ ਕਲਾਸ ਦੇ ਵਿੱਚ ਸੀਗੇ, ਤੁਸੀਂ ਮਤਲਬ ਕਿ ਸੋਚ ਲਿਆ ਕਿ ਮੈਂ ਲਾਈਫ ਦੇ ਵਿੱਚ ਇਹ ਡਰੀਮ ਬਣਾ ਲਿਆ ਕਿ ਮੈਂ ਆਪਣਾ ਜਿਹੜਾ ਜਹਾਜ਼ ਬਣਾ ਕੇ ਹਵਾ ਦੇ ਵਿੱਚ ਉਡਾਉਣਾ, ਅਤੇ ਪ੍ਰਾਊਡ ਮਾਪੇ ਪ੍ਰਾਊਡ ਫੀਲ ਕਰਦੇ ਨੇ? ਹਾਂਜੀ ਹਾਂਜੀ, ਬਹੁਤ ਫੀਲ ਕਰਦੇ ਕਿ ਖੁਦ ਦਾ ਇੰਨੀ ਛੋਟੀ ਉਮਰ 'ਚ ਮੈਂ ਜਹਾਜ਼ ਉਡਾ ਰਿਹਾ। ਅਤੇ ਮੈਂ ਹੁਣ ਰੀਸੈਂਟਲੀ IIT ਕਾਨਪੁਰ ਵੀ ਹੋ ਕੇ ਆਏ ਸੀ ਕੰਪੀਟੀਸ਼ਨ 'ਚ, ਜੇ ਉੱਥੇ ਜਿਹੜੇ ਵੀ ਕੰਪੀਟੀਟਰ ਸੀ ਮੇਰੇ ਉਹ ਸਾਰੇ ਕਾਲਜ ਦੇ ਸੀ, BTECH ਕਰ ਰਹੇ ਸੀ, MTECH ਕਰ ਰਹੇ ਸੀ, ਮਾਸਟਰ ਦੇ ਸਾਰੇ। ਤਾਂ ਮੈਂ ਉਹਨਾਂ 'ਚੋਂ ਇੱਕ ਸੀਗਾ ਜਿਹੜਾ 10ਵੀਂ 'ਚ ਪੜ੍ਹਦਾ ਸੀ, ਪਿਛਲੇ ਸਾਲ ਗਿਆ ਸੀ ਮੈਂ, ਇੱਕ ਸੀਗਾ ਮੈਂ ਜਿਹੜਾ 10ਵੀਂ 'ਚ ਪੜ੍ਹ ਰਿਹਾ ਸੀ। ਤਾਂ ਮੈਂ ਉਹਨਾਂ 'ਚੋਂ ਸ਼ੁਰੂਆਤ ਤਾਂ ਲੱਗਿਆ ਕਿ ਆਹ ਤਾਂ ਚਲੋ ਛੋਟਾ ਜਿਹਾ ਹੈਗਾ, ਇਹਨੇ ਕੁਛ ਕਰਨਾ ਨਹੀਂ ਹੈ। ਪਰ ਜਦੋਂ ਅਗਲੇ ਦਿਨ ਮੇਰਾ ਕੰਪੀਟੀਸ਼ਨ ਹੋਇਆ ਸੀ, ਉਹ ਮੈਂ ਪਹਿਲੇ ਰਾਊਂਡ 'ਚ ਮੈਂ ਪਹਿਲਾਂ ਆਇਆ ਸੀ, ਫਸਟ ਸੀਗਾ ਮੈਂ। ਅਤੇ ਹੁਣ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਹੁਣ ਮੈਂ 11ਵੀਂ 'ਚ ਪੜ੍ਹਦਾ। ਅਤੇ ਜਿਹੜੇ ਟੀਚਰ ਨੇ ਕਰਦੇ ਮਾਣ ਮਹਿਸੂਸ ਸਾਡਾ ਸਟੂਡੈਂਟ ਹੈ? ਹਾਂਜੀ ਹਾਂਜੀ। ਅਤੇ ਜਿਹੜੇ ਨਾਲ ਦੇ ਸਾਥੀ ਉਹ ਕੀ ਕਹਿੰਦੇ ਹੋਣੇ, ਅੱਜ ਕਿਹੜਾ ਜਹਾਜ਼ ਤਿਆਰ ਕੀਤਾ, ਕਿਹੜਾ ਪਲੇਨ ਤਿਆਰ ਕੀਤਾ? ਕਹਿੰਦੇ ਆ ਕਿਹੜਾ ਜਹਾਜ਼ ਬਣ ਗਿਆ, ਹੁਣ ਚੱਲੀਏ ਆ ਜਾ। ਮੈਂ ਇੱਕਦਮ ਰੋਜ਼ ਨਾ ਮੈਂ ਇੱਕੋ ਮੈਂ ਜਹਾਜ਼ ਬਣਾਉਂਦਾ ਰਹਿੰਦਾ। ਤਾਂ ਨਹੀਂ ਸੀ ਗੱਲ ਕਰੀਏ, ਜਿਹੜੀ ਤੁਹਾਡੀ ਫਿਊਚਰ ਪਲੈਨ ਕੀ ਅੱਗੇ ਕੀ ਤੁਸੀਂ ਕਰਨਾ ਚਾਹੁੰਦੇ ਹੋ? ਅੱਗੇ ਮੈਂ ਹੁਣ 11ਵੀਂ 'ਚ ਮੈਂ ਨੋਨ ਮੈਡੀਕਲ ਲਿੱਤੀ ਸਾਇੰਸ ਸਟ੍ਰੀਮ, ਅਤੇ ਮੈਂ ਅੱਗੇ ਜਾ ਕੇ ਇਹਦੀ BTECH ਕਰਨੀ ਹੈ, ਐਰੋਨੋਟੀਕਲ ਇੰਜੀਨੀਅਰਿੰਗ। ਅਤੇ ਮੈਂ ਇਹਦੀ ਬਾਅਦ 'ਚ ਮਾਸਟਰਸ ਕਰਾਂਗਾ, ਅਤੇ ਮੈਂ ਖੁਦ ਦੀ ਕੰਪਨੀ ਹੋਇਆ ਤਾਂ ਮੈਂ ਖੁਦ ਦਾ ਜਹਾਜ਼ ਬਣਾਵਾਂਗਾ ਫਿਰ, ਉੱਡਣ ਵਾਲਾ ਜਿਹੜਾ ਬੈਠ ਕੇ ਉਡਾਉਂਦੇ ਉਹ। ਸੋ ਇਹ ਨੇ ਤਨਿਸ਼, ਜਿਹੜੇ 11ਵੀਂ ਕਲਾਸ ਦੇ ਸਟੂਡੈਂਟ ਨੇ, ਉਹਨਾਂ ਦਾ ਇਹ ਕਹਿਣਾ ਮੈਂ ਫਿਊਚਰ ਦੇ ਵਿੱਚ ਸਟੱਡੀ ਸਾਰੀ ਕੰਪਲੀਟ ਕਰਕੇ ਆਪਣਾ ਖੁਦ ਦਾ ਜਿਹੜਾ ਜਹਾਜ਼ ਹੈ ਉਹ ਤਿਆਰ ਕਰਾਂਗਾ। ਮੈਂ ਰਾਹੁਲ ਅਰੋੜਾ, PTC ਨਿਊਜ਼, ਲੁਧਿਆਣਾ।